ਸਦਸ਼ਰੀ ਹੈ ਗਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਾਂਜੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਪਤਨੀ ਦੇ ਵੀਡੀਓ ਸੋਸ਼ਲ ਮੀਡੀਆ ਤੇ ਹੋਈਆਂ ਵਾਇਰਲ ਪਤੀ ਨੇ ਗੁੱਸੇ 'ਚ ਘਾਰਦਾ ਵੱਡਾ ਕਾਂਡ ਦਾਸ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕਈ ਵਾਰ ਇਨਸਾਨ ਆਪਣੇ ਸ਼ੌਂਕ ਹੀ ਉਸ ਦੀ ਜਾਨ ਲੈਣ ਦਾ ਕਾਰਨ ਬਣ ਜਾਂਦਾ ਹੈ त्रिपुरदेई चेल्लमदी रहण वाली 35 ਸਾਲਾ ਚਿਤਰਾ ਨਾਮ ਦੀ ਔਰਤ ਨੂੰ ਉਸ ਦੇ ਆਪਣਾ ਸ਼ੌਕੀ ਲੈ ਡੁੱਬਾ ਚਿਤਰਾ ਨੂੰ ਰੀਲਸ ਵੀਡੀਓ ਬਣਾਉਂਦਾ ਬਹੁਤ ਸ਼ੌਂਕ ਸੀ ਜਦ ਕਿ ਉਸ ਦੇ 38 ਸਾਲਾ ਪਤੀ ਅਮਥਿਲਗਮ ਨੂੰ ਆਪਣੀ ਪਤੀ ਚਿਤਰਾ ਦੀ ਇਹ ਹੱਤਪਸੰਦ ਨਹੀਂ ਸੀ ਉਹ ਉਸ ਨੂੰ ਹਾਰ-ਵਾਰ ਇੰਨਾ ਕੰਮਾਂ ਤੋਂ ਵਜਰਦਾ ਸੀ ਚਿਤਰਾ ਦੋ ਧੀਆਂ ਦੀ ਮਾਂ ਸੀ ਦੋਵੇਂ ਵਿਆਈਆਂ ਹੋਈਆਂ ਹਨ ਚਿਤਰਾ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਂਦੀ ਰਹਿੰਦੀ ਸੀ ਉਹ ਬੈਨਨ ਕੰਪਨੀ ਵਿੱਚ ਮਜ਼ਦੂਰੀ ਕਰਦੀ ਸੀ ਸੋਸ਼ਲ ਮੀਡੀਆ ਦੇ ਵੀਡੀਓ ਸਪੌਂਰ ਕਰਨਾ ਉਸ ਦਿਨ ਇਸ ਤਰ੍ਹਾਂ ਦੇ ਲੋਕਾਂ ਨਾਲ ਜਾਣ ਪਛਾਣ ਹੋ ਗਈ ਫਿਰ ਉਹ ਇਹਨਾਂ ਵਿਅਕਤੀਆਂ ਨਾਲ ਚਨਈ ਚਲੀ ਗਈ ਸੋਸ਼ਲ ਮੀਡੀਆ ਤੇ ਬਣੀ ਪਹਿਚਾਣ ਸਦਕਾ ਉੱਥੇ ਫਿਲਮਾਂ 'ਚ ਕੰਮ ਕਰ ਲੈ ਪਈ ਚિતਰਾ ਦਾ ਪਤੀ ਉਸਦੇ ਇਹਨਾਂ ਸ਼ੌਂਕਾਂ ਨੂੰ ਪਸੰਦ ਨਹੀਂ ਕਰਦਾ ਸੀ ਉਹ ਵੀ ਚਿਤਰਾ ਦੇ ਨਾਲ ਚਨਈ ਪਹੁੰਚ ਗਿਆ ਤੇ ਕੁਝ ਮਹੀਨੇ ਉੱਥੇ ਹੀ ਰਿਹਾ ਜਦੋਂ પતિ ਪਤਨੀ ਕੁਝ ਦਿਨ ਪਹਿਲਾਂ ਵਾਪਸ ਆਪਣੇ ਘਰ ਆਏ ਤਾਂ ਕਿਸੇ ਨੂੰ ਅਣਦੀ ਆਪਸ ਚ ਫੇਰ ਕਹੀ ਸੁਣੀ ਹੋਗੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਚਿਤਰਾ ਆਪਣੀ ਵੱਡੀ ਧੀ ਤੇ ਸੋਰੇ ਘਰ ਚਲੀ ਗਈ ਜਿਸ ਤੋਂ ਬਾਅਦ ਉਸ ਦੀਆਂ ਦੋਵੇਂ ਧੀਆ ਅਤੇ ਕੁਝ ਗੁਆਂਢੀ ਚਿਤਰਾ ਨੂੰ ਵਾਪਸ ਆਪਣੇ ਘਰ ਜਾਣ ਲਈ ਮਨਾ ਲਏ ਚਿਤਰਾ ਦੀ ਛੋਟੀ ਧੀ ਵੀ ਆਪਣੀ ਮਾਂ ਨੂੰ ਛੱਡਣ ਲਈ ਆਪਣੇ ਪੇਕੇ ਪਹੁੰਚੀ ਧੀ ਅਲੱਗ ਕਮਰੇ ਚ ਸੋ ਗਈ ਸਵੇਰੇ ਜਦੋਂ ਚਿਤਰਾ ਨਹੀਂ ਜਾਗੀ ਤਾਂ ਕਮਰੇ ਦੇ ਵਿੱਚ ਅੰਦਰ ਜਾ ਕੇ ਵੇਖਿਆ ਉਹ ਮ੍ਰਿਤਕਾ ਹਾਲ ਚਪਈ ਸੀ ਉਸ ਦੀ ਗਰਦਨ ਦੇ ਸੱਟਾਂ ਦੇ ਨਿਸ਼ਾਨ ਸਨ ਮਹੱਲੇ ਵਾਲਿਆਂ ਨੇ ਪੁਲਿਸ ਨੂੰ ਤਲਾ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਿਕ ਦੇ ਨੂੰ ਕਬਜ਼ੇ ਚ ਲੈ ਕੇ ਪੋਸਟ ਮਾਰਡਮ ਕੀਤਾ ਜਦ ਇਹ ਮ੍ਰਿਤਿਕਾ ਦੇ ਪਰਿਵਰਤ ਪੁਸ਼ਗੀਸ਼ ਕੀਤੀ ਤੇ ਉਹ ਸਾਫ ਸਾਫ ਮੰਨੇਗਾ ਕਿ ਉਸ ਨੇ ਉਸ ਨੂੰ ਮਾਰਿਆ ਹੈ ਬਾਕੀ ਖਬਰਵਾਨ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ